ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਕਰਦੇ ਵੀਡੀਓ ਦੀ ਸ਼ੁਰੂਆਤ ਫਿਰ। ਅਤੇ ਇੱਧਰ ਗੱਠਾਂ ਸਾਰੀਆਂ ਬੰਨੀਆਂ ਗਈਆਂ ਸੀਗੀਆਂ, 10-10.5 ਕਿੱਲੇ ਹੈਗੇ ਆ ਇਹ, ਅਤੇ ਬਾਕੀ ਇੱਧਰ ਮੂਹਰਲਾ ਕਿੱਲਾ ਰਹਿ ਗਿਆ ਅਤੇ 1/2 ਕਿੱਲਾ ਉੱਧਰ ਕੈਮ ਵਾਲੇ ਰਹਿ ਗਿਆ, ਅਤੇ ਬਾਕੀ ਕੱਢਦੇ ਹਾਂ ਸੰਦ ਬਾਹਰ ਹੌਲੀ ਹੌਲੀ। ਸਾਰੇ ਅੰਦਰ ਲੱਗੇ ਹੋਏ ਆ ਅਤੇ ਇੱਕ ਟਰੈਕਟਰ ਬਾਹਰ ਸੀਗਾ, ਅਤੇ 6:30-7 ਦਾ ਟਾਈਮ ਹੋ ਗਿਆ। ਅਤੇ ਇੱਧਰ ਟਾਇਰ 'ਚ ਵੀ ਮਸ਼ੀਨ ਦੇ ਮਤਲਬ ਦਾ ਹਵਾ ਘੱਟ ਲੱਗਦੀ ਆ ਥੋੜ੍ਹੀ ਜਿਹੀ, ਬਾਲ ਬੂਲ ਨਾਲ ਲੀਕ ਹੋਵੇ ਹੈਗੀ ਆ ਹਵਾ ਘੱਟ, ਚੱਲ ਜੂ ਹਵਾ ਭਰਾ ਕੇ ਜਾਣੀ, ਬਾਕੀ ਲੱਗ ਜੂ ਪਤਾ ਕੀ ਹਿਸਾਬ ਕਿਤਾਬ ਇਹਦਾ। ਅਤੇ ਟਾਇਰ ਮਤੂ ਜਿਹਾ ਇਹ, ਕਾਫੀ ਹਵਾ ਪੈਂਦੀ ਹੈ ਇਹ 'ਚ। ਅਤੇ ਬਾਕੀ ਛੋਟੇ ਟਰੈਕਟਰ ਦੀ 42 ਦੀ ਕਰਨੀ ਆ ਸਰਵਿਸ, ਬਾਕੀ ਟੇਚਨ ਆ ਦੋਨਾਂ ਵੱਡਾ ਅਤੇ ਛੋਟਾ, ਅਤੇ ਜਿਹੜਾ ਜਲ ਵਾਲਾ 42 ਇਹਦੀ ਕਰਨੀ ਆ ਸਰਵਿਸ। ਅਤੇ ਟਰੈਕਟਰ ਪਹਿਲਾਂ ਕਰਦੇ ਹਾਂ ਆਹ ਪਰੇ ਮੈਸੀ, ਕਰਦੇ ਹਾਂ ਤੇਲ ਬਦਲੀ। ਆਹ ਕਿੱਲਾ ਰਹਿ ਗਿਆ ਮੂਰਲਾ ਆਪਣਾ, ਅਤੇ ਇਹ 'ਚੋਂ ਝਾੜਿਆ ਹੋਇਆ ਥੋੜ੍ਹਾ ਜਿਹਾ, ਅਤੇ ਉੱਧਰ ਪਾਲੀ ਦੇ ਬਣਾਉਣੇ ਆ 4 ਕਿੱਲੇ, ਯਾਨੀ ਉਹਦੇ ਵੀ ਗੱਠਾ ਬੰਨਣ ਵਾਲੀਆਂ 4 ਕਿੱਲਿਆਂ ਦੀਆਂ, ਅਤੇ ਉਹਨੇ ਮਾਰਨਾ ਪਲਟਾਵਾਂ, ਅਤੇ ਉਹ ਪੈੜੀ ਪਹਿਲੀ ਵਾਰੀ ਪਲਟਾਉਣੀ ਆ ਪਾਲੀ ਨੇ, ਅਤੇ ਬਾਕੀ ਦੇਖਦੇ ਹਾਂ ਅੱਜ ਕਿਵੇਂ ਚੱਲਦਾ ਕੰਮ। ਉੱਧਰ ਗੱਠਾਂ ਚੱਕੀਆਂ ਗਈਆਂ ਅੱਧੀਆਂ ਕੁ, 2.5-3 ਕਿੱਲਿਆਂ 'ਚ ਹੋ ਜਾਣੀ ਵੀ, ਉਹ 'ਚੋਂ ਵੀ ਅੱਧੀਆਂ ਕੁ ਚੱਕੀਆਂ ਗਈਆਂ, ਅਤੇ ਮੂਰਲੇ ਕਿੱਲੇ ਹੋ ਗਏ ਵਿਹਲੇ ਆਪਣੇ, ਅਤੇ ਚਲਾਉਂਦੇ ਆ ਕੰਮ। ਫਿਰ ਕਹਿੰਦਾ ਮਾੜੀ ਮੋਟੀ ਖਿੰਡੀ ਖਪਰੀ ਜੀ ਹੈ ਤਾਂ ਪਰਾਲੀ ਆ, ਅਤੇ ਉਹਨੂੰ ਇਕੱਠੀ ਕਰਾ ਲਾਂਗੇ ਟਰਾਲੀ 'ਚ, ਅਤੇ ਉੱਥੇ ਗੁਜਰਾਂ ਦੇ ਲਾਹ ਦਾਂਗੇ ਉਹ। ਅਤੇ ਵੈਸੇ ਸਾਫ਼ ਹੀ ਹੈ ਖੇਤ, ਜਿਵੇਂ ਆਹ ਖੂੰਜਾ ਖਾਂਜਾ ਦੇਖ ਸਕਦੇ ਹਾਂ ਸਾਫ਼ ਆ, ਫਿਰ ਵੀ ਕਿਤੇ ਨਾ ਕਿਤੇ ਮਾੜਾ ਮੋਟਾ ਕੋਈ ਥੱਬਾ ਜਿਹਾ ਹੈਗਾ, ਚੱਕ ਲਾਂਗੇ ਫਿਰ ਉਹ ਫਸਦੀ ਨਹੀਂ। ਹਲਾ ਨਾ ਦੇਖਦੇ ਹਾਂ ਵਾਹ ਕੇ ਪਹਿਲਾਂ, ਵੀ ਹਲਾ ਨਾ ਵਾਹ ਕੇ ਮੂਹਰੇ, ਫਿਰ ਤਾਂ ਵੀ ਇਹਨਾਂ ਦੋਹਰ ਲਾਵਾਂਗੇ। ਪੈਲੀ ਥੋੜ੍ਹੀ ਜਿਹੀ ਭੁਰ ਜਾਂਦੀ ਹੈ ਛੇਤੀ ਫਿਰ। ਅਤੇ ਗਣੇਸ਼ ਹੁਣੀ ਪਹੁੰਚ ਗਿਆ ਡਿਊਟੀ 'ਤੇ, ਆਲੂ ਇਹ ਰਹਿ ਗਏ ਸੀ ਭਰਨ ਵਾਲੇ, ਅਤੇ ਹੁਣ ਭਰਨ ਗਏ। ਆਹ ਵੱਢਣ ਵਾਲੇ ਵੀ ਰਹਿ ਗਏ ਥੋੜ੍ਹੇ ਜਿਹੇ, ਫਿਰ ਆਓ ਕੇ ਨਾ ਉੱਧਰ ਪਰਾਲੀ ਜੀ ਚੱਕ ਲਓ ਜਿਹੜੀ ਮਾੜੀ ਮੋਟੀ ਆ, ਲੱਗਣਾ ਤਾਂ 1/2 ਘੰਟਾ ਵੀ ਨਹੀਂ ਚੱਕਣ ਨੂੰ, ਰਹਿ ਗਿਆ ਉਹਨਾਂ ਦਾ ਰਾਤ ਚੱਕਣ ਵਾਲਾ ਉਹ। ਮੈਂ ਕਿਹਾ ਰਹਿ ਗਿਆ ਥੋੜ੍ਹਾ ਜਿਹਾ, ਉੱਧਰ ਦੀ ਆਇਆ ਸੀ ਕੈਮ ਵਾਲੇ, ਉਹ ਰਹਿ ਗਿਆ ਉਹ 'ਚ 2.5-3 ਕਿੱਲੇ ਵਾਲਾ ਵੀ ਚੱਕ ਦੇਣਗੇ। ਇੱਕ ਗੇੜਾ ਰਹਿੰਦਾ ਇਹਨਾਂ ਦਾ ਲਾਉਣ ਵਾਲਾ, ਉਹ ਧਾਗਾ ਮੁੱਕ ਗਿਆ ਸੀ ਉੱਧਰ ਮਸ਼ੀਨ ਦਾ, ਰਾਤ ਨੂੰ ਚੈੱਕ ਹੀ ਨਹੀਂ ਕੀਤਾ ਇਹਨਾਂ ਨੇ, ਉਹ ਗੇੜਾ ਰਹਿੰਦਾ ਇੱਕ। ਚਲੋ ਉਦੋਂ ਨੂੰ ਜਾ, ਮੈਂ ਖਿਆਲ ਨਹੀਂ ਕੀਤਾ ਮੋਟਰ, ਮੈਨੂੰ ਲੱਗਦਾ ਨਹੀਂ ਚੱਲਦਾ ਸੀ, ਹਾਂ ਨਹੀਂ ਚੱਲਦਾ ਸੀ, ਫਿਰ ਝਾਕਿਆ ਤਾਂ ਮੈਂ ਸੀਗਾ ਮੈਂ, ਪਰ ਮੈਂ ਉਹ ਨਹੀਂ ਚੱਲਦਾ ਨਹੀਂ ਸੀ, ਇੱਧਰ ਵੀ ਝਾਕਿਆ ਨਾ ਮੈਂ ਉਰਲੇ ਜਿੱਧਰ ਪਾਣੀ ਡਿੱਗਣਾ, ਖੇਡ 'ਚ ਡਿੱਗਣਾ ਪਰੇ ਚੱਲਦਾ ਹੋਣਾ ਤਾਂ ਉਰਲੀ 'ਚ ਪੁਰਾਣੀ 'ਚ। ਅੱਛਾ ਮੂਰਲਾ ਰਹਿੰਦਾ ਕੱਸੀ ਵਾਲਾ, ਆ ਸੇਮ ਵਾਲਾ, ਠੀਕ ਆ। ਤੇ ਫਿਲਟਰ ਹੋਣਗੇ ਇਹਦੇ, ਕਹਿੰਦੀ ਆ ਕਿਆ ਹੋ ਗਿਆ ਇਸ ਸਮੇਂ ਪੱਟੀ ਬੰਦਾ ਕਰਦ ਲੱਗ ਗਿਆ, ਫਿਰ ਤਾਂ ਜਾਣਾ ਪੜੇਗਾ ਹੋਸਪਿਟਲ ਚ, ਗ੍ਰਾਮ ਕੱਟਣਾ ਪੜੇਗਾ, ਬਾਅਦ ਮੈਂ ਵੱਢ ਜਾਏਗਾ, ਬੜੀ ਪੱਕ ਜਾਏਗਾ, ਇਤਨਾ ਹੋ ਜਾਏਗਾ ਚੰਗਾ।
ये हमारा है, हम चूपेंगे इसको, तेरा नहीं है इसमें, तेरा पेट दुखेगा इससे। हाँ फिल्टर चेंज हो गया क्या, तो मगलैल फिल्टर रह गया था, तो उत्तों की पम के तेल थलों कड़ दें बाल्टी का ढक्कन जहा पट्टन वाला जाता बस पाँच पाँच पंप बहुत गिण के बस नहीं नहीं बहुत ज्यादा मार गया सील धक् दिता हाँ वो बहर निकलिया तो नहीं लगता मैनू को पहले उत्तों पाया निकलिया अब अंदर तो नहीं निकल सकता छेती अंदर नहीं जाना हों ग्रीस का यह ट्यूब च ही जाता हों उत्तों पूंज के लाता तू इनू भी मार दी फिर मूहरे स्पेंड ला नूं ये मूहरे तो माड़ा माड़ा मार दी हिस्से भी वह तो मारिया सीगा हो गया छे का दिन क्योंकि इनू जरूरी है बुश बाश छेती मंगन लग जाते नहीं फिर फोर बाई फोर वाले भर गया पूरा नहीं नहीं इधर मेसी ने गल करता तेल पाता नवा तो फिल्टर फुल्टर हो गया चेंज बाल्टी कढ़ता तेल है तो नट नुट ला के करता रेडी तो घंटे लिख दें स्टार्ट करके फिल्टर के उपर पाली का फोन आया सीगा कहिंदा ते मैनू बिठा के लै जा घरों ते बाकी बिठा के लियाउणे आ सर्विस हो गई सीगी ते मेसी लग्गा सी ट्रैक्टर ते पानी जिहा मारन मैं कहा गिल्ला जिहा घर मैं आ गया उन्हां टाइम पाली नू बिठा के ते कैम वाले निकलना वा समां दी लेट हो जांदा कम ते बाकी चलाउणे फिर बौण दा कम अज मेन कम बौण दा ही आ किवें करां ठीक बचा रहा रात बचा पूरा रह गया चल बस यही वड्डी गल हुंदी है बाकी तां चल चली जाउ जतन हारन दा चली जांदा ਹੋਰ ਸੁਣਾ ਨਾ ਵੀ ਤਾਂ ਜੀ ਫਿਰ ਸੱਟਾ ਕੰਮ ਕਰ ਵੀ ਗੱਲ ਇਹੀ ਸੀ ਵੀ ਲੜਾਈ ਪੜਾਈ ਤੇ ਆਹੋ ਹੋਈ ਹੁੰਦਾ ਬਾਕੀ ਤਾਂ ਗੱਲਾਂ ਹੀ ਹੁੰਦੀਆਂ ਐਵੇਂ ਅੱਜ ਤਾਂ ਹਵਾ ਤਲ ਬਾਰਾਂ ਬਥੇਰੇ ਨੇ ਮਾਰਨੇ ਆ ਤੁਸੀਂ ਦੱਸਿਆ ਨਹੀਂ ਮੈਨੂੰ ਕਿਹਾ ਨਹੀਂ ਮੈਨੂੰ ਹਨਾ ਹਾਂ ਬਿਲਕੁਲ ਵੀ ਤੇਰੇ ਵਧੀਆ ਵੀ ਸੁੱਖ ਸਾਂਦਰਾ ਨਿਬੜ ਗਿਆ ਬਸ ਚੱਲ ਤੇਰਾ ਮੈਂ ਬਦਲੀ ਕਰਦਾ ਲੱਗ ਗਿਆ ਸੀ ਪਾਣੀ ਜਾ ਮਾਰਨ ਮੈਂ ਕਿਹਾ ਕਿਰਾਂ ਬਾਅਦ ਦੀਆਂ ਗੱਲਾਂ ਬਾਅਦ ਹੀ ਰਹਿ ਜਾਂਦੀਆਂ ਆਹੋ ਬਿਲਕੁਲ ਜਦੋਂ ਤੱਤੇਗਾ ਚੱਲਦਾ ਚੱਲਦਾ ਨਿਕਲਿਆ ਨਿਕਲ ਜਾਣੀ ਠੀਕ ਆ ਬਿਲਕੁਲ ਮੇਸੀ ਹੁਣੀ ਲੈ ਗਏ ਆ ਸਮਾਨ ਸਮੂਨ ਇਕੱਠਾ ਕਰਕੇ ਉੱਧਰ ਅਤੇ ਬੰਦੇ ਆਪਣੇ ਹਜੇ ਮਸ਼ੀਨ ਵਾਲੇ ਪਹੁੰਚੇ ਨਹੀਂ ਲਾਉਣਗੇ ਘੰਟਾ ਕੁ ਹੋਰ ਮੇਲਾ ਦਾ ਅਤੇ ਧੁੱਪ ਨਿਕਲਿਆ ਹੀ ਆ ਪੂਰੀ ਅਤੇ ਪਾ ਲਈਆਂ ਤਵੀਆਂ ਆਪਾਂ ਮਗਰ ਪਹੁੰਚਦੇ ਪਏ ਠੰਡੇ ਠੰਡੇ ਉੱਥੇ ਚਲਾਉਣੇ ਕੰਮ ਫਿਰ ਅੱਜ ਬਾਹੀ ਦਾ ਜੈਕ ਲਾਤਾ ਇਹਦੇ ਵਿੱਚ ਸਪੇਸ ਕਾਫੀ ਆ ਅਤੇ ਉੱਪਰ ਵੀ ਦਿੱਤੀ ਸੀ ਪੱਤੀ ਆਪਾਂ ਇਹਦੇ ਅਤੇ ਫਿਰ ਵੀ ਡਗ ਡਗ ਜੀ ਕਰਨਾ ਲੱਗ ਗਿਆ ਫਿਰ ਦੁਬਾਰਾ ਪਹਿਲਾਂ ਹਟ ਗਿਆ ਸੀਗਾ ਅਤੇ ਹੁਣ ਜੈਕ ਲਾ ਕੇ ਚੱਕ ਲਿਆ ਇਹਨੂੰ ਆਪਾਂ ਅਤੇ ਇਹਦੇ ਵਿੱਚ ਦੋਨੇ ਸਾਈਡ ਨਗਾ ਦੇਣੀਆਂ ਐਂਗਲ ਮੈਸਤਰੀ ਨੇ ਕਰਤੀ ਆ ਤਿਆਰ ਇਹਦਾ ਫਿਰ ਤੂੰ ਹਿੰਮਤ ਹਾਰ ਗਿਆ ਉਹ ਗੱਲ ਹੋ ਗਈ ਸੇਮ ਹੀ ਆ ਦੋਨੇ ਪਾਸਿਓਂ ਮੈਂ ਤਾਂ ਲੈ ਦੇ ਵੀ ਢੱਲਾ ਪੈਣਾ ਥੋੜ੍ਹੇ ਦਿਨਾਂ ਬਾਅਦ ਚੱਲ ਕਿਹੜਾ ਬੁੜਕਣ ਹਟ ਜੂ ਹੈ ਝਾਕਿਆ ਨਹੀਂ ਮੈਂ ਚੰਗੀ ਤਰ੍ਹਾਂ ਇੱਥੋਂ ਕਿ ਟਾਇਟ ਜਾਊ ਉਹ ਪੈਨ ਆ ਫਿਰ ਇਹਦੀ ਮੇਨ ਸੈਂਟਰ ਵਾਲੀ ਹੈ ਉਹਦੇ ਕਰਕੇ ਨਾ ਇੱਧਰ ਉੱਧਰ ਜਾਣ ਨਾ ਜਾਂ ਇਹਨੂੰ ਅੰਦਰਲਾ ਪਾਸਾ ਵੱਢ ਲਾ ਪੂਰਾ टच दी लोड़ नहीं बस हिलनी नहीं भार आ जाना मैं कहना इत्थे चल जिन्ना टाइम चलू फिर सही है वो भेड़ा लादा मैं डग डग जी करी जाना असली वो ना पिछो गुल्ली पट्टी गई ओहदी ओह एक रह गई फिर नहीं पट्टी नहीं जानी चाहिए पर वेट भी हो जाता वा पर हूँ एदू वेट ज्यादा भी लगता है तो यह भी नहीं गल हैगी ये तीन क्वांटल का मूहरे मूहरे आ चुले तो पैना पचवंजा किलो तो यह जी तो टंगे हुए है
तीन क्वांटल का प्लेटा ही आ। हाँ देख ला फिर पंजा पचवंजा किलो दा हा कला आ पत्तियां तो बिना। हाँ आह कला चूल्हा जहा फिर ही खड़ूगा है हजे तो घट आ इदू वध हुंदियां प्लेटा नहीं नहीं जो जमे 75 बावर मगर होर संद पा दे मगर होर वध जाने चार प्लेटा दो दो पहुंच गए बंदे सारे अपने पाली आ गया पहला मेसी भी मैं लग गए पत्ती लगा प्लेटा तो बोरियां रख के पाली ने चला दा काम ठेडे पिंगे जे लगन गए हल क्योंकि बंजर पैड़ी है इदा ही तो इदा फिर औखा हुंदा काम। पानी पता नहीं किधरों तोड़ लिया इन्होंने क्योंकि पराली चक्कण वाली रही है जी उन्होंने मोटे मोटी जी है पराली कोई खास नहीं हैगी ठीक है लगते हैं हल ऊँटा लग जाएगी तो भी हाँ टेढ़े चलते हल हला तो बिना जिहड़ा गेड़ा लाया वह च डले उठते हैं तो इधर हला वाला गेड़ा जिहड़ा वा इत्थे तवियां चकनियां भी पईयां ते भोर दी भी वाधा आ डली इधर घाटा नाल दे गेड़े च दे सकदे इधर वाधा आ गेड़ा तवियां दा ला के गया सी पहला इक ते आ देख सकदे आ जाने रूटावेटर नाल जे आपां ए वाधीए ते छेती भुरूगी ते टेढ़े पिंगे लगदे हल वैसे 11 हल आ इह संगरियां वाले ते तीन बोरियां रखियां वा तो बाद इन्हें टका के गिरा मूहरे मूहरे तो जीप वाले भी आ गए चक्कण माल चाह चाह पाई फिर कप जो डुली जाती है तो तीन जीप आज उधर माल दूरों लिया से इन्होंने इतने लाइनी है सामने वाद इधर तो गठा एक लाइन रह गई थी धागे तो बिना इन्होंने चलाती मशीन उधर जो इदा बहुने के फिर हाल जो तरद ही होंगे कितने उधर ये पैली भी थोड़ी जी पूरी पूरी बत्त आ जिमें आप कह लिए हूँ उधरला परला पासा लगन लग गया तो पैली नू दोर लाती है मूहरे हाला ना अखे ना बाह के तो तवियां ना दोर लाई जाने भुर गई है पैली तो आ जोड़ा रोड़ा रुपा जो रूटा बेटर ने हूँ छड़ना नहीं गा पोली है पैली ये वैसे जिमें डाकर ना तो पिछले साल पलटाव फेरिया करके पैली भुरदी आ पूरी तो ज मैनू लगता सी भी गिल निकलनी नहीं तो तविया ने पटती है तो पैली भी आर गई है पूरी तो कोई चक्कर नहीं गा हो जू तैयार सौखे तरीके ही देखते दे की करना हूँ बयाली की कल वायर जी चेंज कराई सी यदि तो मीटर जोड़ा सी गर्म वाला वो गलत रीडिंग दिता सॉली दसी जाता खड़े ते भी तो परमजीत गया हुआ एजेंसी तो उतो मीटर लियाऊगा नवा तो मैं देखना सी पिन्ना इदियाँ मीटर खोलता सी तो वो पिन्ना वाली फोटो रह गई एक वो भेजनी है उन्होंने तो बंदे लगे हुए रोटी खाण।
ਆ ਦੋ ਗੇੜੇ ਰਹਿ ਗਏ ਸੀਗੇ ਉਦਣ ਇਹਨਾਂ ਨੇ ਰਾਤ ਨੂੰ ਖਿਆਲ ਹੀ ਨਹੀਂ ਕੀਤਾ ਧਾਗਾ ਮੁੱਕ ਗਿਆ ਸੀਗਾ ਅਤੇ ਬਾਕੀ ਇੱਧਰ ਚੱਕੀਆਂ ਗਈਆਂ ਠੀਕ ਆ ਮਾੜੀ ਮੋਟੀ ਜਿਹੜੀ ਖਿਲਰੀ ਆ ਉਹ ਟਰਾਲੀ 'ਚ ਪਾ ਲਈ ਬਾਡੀ ਕਾ ਹਜੇ ਹੋਈ ਨਿਗੀ ਜਾਣੀ ਟਰਾਲੀ ਅਤੇ ਆਹ ਤਾਂ ਗੱਠਾਂ ਹੀ ਬੰਨ੍ਹਣੀਆਂ ਮਸ਼ੀਨ ਨੇ ਕੋਈ ਚੱਕਰ ਨਹੀਂ ਹੈਗਾ ਖੜ੍ਹੇ ਤੇ ਹੁਣ ਵੀ ਜਿਵੇਂ ਬੰਦ ਆ ਟਰੈਕਟਰ ਫੁੱਲ ਦੱਸੀ ਜਾਂਦਾ ਇੱਧਰ ਪਤਾ ਨਹੀਂ ਕੀ ਚੱਕਰ ਵਾਇਰ ਚੇਂਜ ਕੀਤੀ ਸੀਗੀ ਅਤੇ ਆਹ ਪਲੱਗ ਹੁਣ ਦੇਖ ਕੇ ਭੇਜ ਦਿੰਦੇ ਹਾਂ ਪਿੰਨਾਂ ਕਿਉਂਕਿ ਉਹ ਏਜੰਸੀ 'ਚ ਦੇਖ ਕੇ ਪਤਾ ਲੱਗਣਾ ਕਿਹੜੀਆਂ ਪਿੰਨਾਂ ਇਹ